ਸ਼ਕਾਲ ਤੇ ਅਸਲਾਮ ਵਾਲੇਕੁਮ, ਕੀ ਹਾਲ ਹੈ ਜੀ? ਸਾਨੂੰ ਪਿਆਰ ਕਰਨ ਵਾਲੇ ਹੋ, ਇੰਨੀ ਦੂਰੋਂ ਦੂਰੋਂ ਦੇਖਣ ਵਾਲੇ ਹੋ, ਵੀਡੀਓ ਬਣਾਈਏ ਨਾ ਬਣਾਈਏ, ਖੁਸ਼ ਰਹਿਣ ਵਾਲੇ ਹੋ, ਤੁਹਾਨੂੰ ਖੁਸ਼ਾਮਦੀਦ, ਸਵਾਗਤ ਤੇ ਵੈਲਕਮ ਪ੍ਰਿੰਸ ਬਾਨੀ ਰਿਐਕਟਸ ਤੇ। ਕਿਉਂਕਿ ਮੁਸ਼ਾਇਰਾ ਦਾ ਇੰਨਾ ਜ਼ਿਆਦਾ ਜ਼ੋਰ ਚੱਲਿਆ ਹੈ ਤੇ ਅੱਜ ਅਸੀਂ ਸੋਚਿਆ ਕਿ ਕੁਝ ਵਧੀਆ ਜੀ, ਵੱਖਰੀ ਜੀ, ਹੋਰ ਟਾਈਪ ਦੀ ਵੀਡੀਓ ਲੈ ਕੇ ਆਈਏ। ਅੱਜ ਦੀ ਵੀ ਜਿਹੜੀ ਸਾਡੀ ਵੀਡੀਓ ਹੈਗੀ ਹੈ ਉਹ ਵੀ ਮੁਸ਼ਾਇਰੇ ਦੀ ਹੈਗੀ ਹੈ ਤੇ ਮੁਸ਼ਾਇਰਾ ਹੈਗਾ ਜੀ ਤਜੰਮਲ ਕਲੀਮ ਸਾਹਿਬ। ਪੰਜਾਬੀ ਦੇ ਕੋਈ ਸ਼ਾਇਰ ਨੇ, ਪੁਰਾਣੇ ਨੇ, ਬੜੇ ਫੇਮਸ ਨੇ, ਟਿਕਟੋਕ ਤੇ ਸੁਪਰ ਵਾਇਰਲ ਨੇ, ਵੀਡੀਓ ਬਣਾਉਂਦੇ ਉਹਨਾਂ ਦੀ, ਮਜ਼ੇ ਲੈਂਦੇ। ਦੂਜੇ ਪਾਸੇ ਸਾਡੇ ਵਾਸਤੇ ਵੀ ਕੁਛ ਨਵਾਂ ਹੈ, ਤੁਹਾਡੇ ਵਾਸਤੇ ਵੀ ਸ਼ਾਇਦ ਹੋਵੇਗਾ। ਸ਼ੁਰੂ ਕਰਦੇ ਹਾਂ, ਆ ਜਾਓ ਜੀ। ਤੇ ਅੱਜ ਦਾ ਰੋਜ਼ ਮੁਬਾਰਕ ਚੜਿਆ, ਰਾਂਝਾ ਸਾਡੇ ਵਿਹੜੇ ਵੜਿਆ, ਹੱਥ ਖੁੰਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ, ਮੈਂ ਵਰ ਪਾਇਆ ਰਾਂਝਣ ਮਾਈ, ਤੇ ਮੁਰਸ਼ਦ ਦਾ ਦੀਦਾਰ ਏ ਬਾਹੂ, ਮੈਨੂੰ ਲੱਖ ਕਰੋੜਾਂ ਹੱਜਾ ਹੂ, ਮੈਂ ਮੁਰਸ਼ਦ ਮੇਰੇ ਦਿਲਾਂ ਦਾ ਜਾਨੀ, ਪੰਜਾਬੀ ਗਜ਼ਲ ਦਾ ਸ਼ਹਿਨਸ਼ਾਹ, ਮੈਂ ਬੁਲਾਉਣਾ ਚਾਹਾਂਗਾ ਉਸਤਾਦ ਤਜੰਮਲ ਕਲੀਮ ਜੀ। ਬਾਦਸ਼ਾਹ ਨੇ ਅਗਲੇ, ਸਾਨੂੰ ਕੀ ਨਹੀਂ ਪਤਾ ਸੀ ਹਾਲੇ ਤੱਕ, ਕਿਸੇ ਨੇ ਕਮੈਂਟ ਕੀਤਾ ਥੱਲੇ, ਸਾਨੂੰ ਕਿਸੇ ਨੇ ਰੈਕਮੈਂਡ ਕੀਤੀ ਸੀ ਕਦੇ? ਪਤਾ ਨਹੀਂ, ਮੈਨੂੰ ਲੱਗਦਾ ਅੱਜ 1 ਮਈ ਹੈ। ਕੀ ਬਾਤ ਹੈ ਜੀ। ਇੱਕ ਸ਼ੇਰ ਮਜ਼ਦੂਰ ਦੇ ਨਾਂ। ਕੀ ਬਾਤ ਹੈ, ਕੀ ਬਾਤ ਹੈ। ਸੁੱਕੀ ਗਿੱਲੀ ਗਿੱਲੀ ਸੁੱਕੀ ਹੋਵੇਗੀ। ਵਾਹ ਜੀ। ਸੁੱਕੀ ਗਿੱਲੀ ਗਿੱਲੀ ਸੁੱਕੀ ਹੋਵੇਗੀ। ਕੀ ਬਾਤ। ਅੱਜ ਇਹ ਬੋਲੀ ਉੱਕੀ ਮੁੱਕੀ ਹੋਵੇਗੀ। ਸੁੱਕੀ ਗਿੱਲੀ ਗਿੱਲੀ ਸੁੱਕੀ ਹੋਵੇਗੀ। ਅੱਜ ਇਹ ਬੋਲੀ ਉੱਕੀ ਮੁੱਕੀ ਹੋਵੇਗੀ। ਜੇ ਇਹ ਸੁਰਖੀ ਚੂਨੇ ਕੱਥੇ ਵਾਲੀ ਨਹੀਂ, ਜੇ ਇਹ ਸੁਰਖੀ ਚੂਨੇ ਕੱਥੇ ਵਾਲੀ ਨਹੀਂ, ਫੇਰ ਇਹ ਥੁੱਕ ਮਜ਼ਦੂਰ ਨੇ ਥੁੱਕੀ ਹੋਵੇਗੀ। ਕੀ ਬਾਤ ਹੈ ਜੀ, ਕੀ ਬਾਤ ਹੈ। ਵਾਹ 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 ਵਾਹ, ਡੀਪ, ਵੈਰੀ ਡੀਪ। ਜੇ ਇਹ ਸੁਰਖੀ ਚੂਨੇ ਕੱਥੇ ਵਾਲੀ ਨਹੀਂ, ਵਾਹ ਜੀ ਵਾਹ, ਫੇਰ ਇਹ ਥੁੱਕ ਮਜ਼ਦੂਰ ਨੇ ਥੁੱਕੀ ਹੋਵੇਗੀ। ਕੀ ਬਾਤ ਹੈ। ਕੀ ਡਿਫਰੈਂਸ਼ੀਏਟ ਕੀਤਾ ਬਾਕੀਆਂ ਨੂੰ ਤੇ ਮਜ਼ਦੂਰ ਨੂੰ, ਡਿਫਰੈਂਟ, ਬਹੁਤ ਮਜ਼ੇਦਾਰ। ਕੁੱਖ ਦੀ ਕੈਦੋਂ ਛੁੱਟ ਕੇ ਰੋਇਆ, ਓਏ ਹੋਏ, ਕੁੱਖ ਦੀ ਕੈਦੋਂ ਛੁੱਟ ਕੇ ਰੋਇਆ, ਮਾਂ ਦੇ ਕੋਲੋਂ ਵਿਛੜ ਕੇ, ਵਾਹ ਜੀ ਵਾਹ। ਕੁੱਖ ਦੀ ਕੈਦੋਂ ਛੁੱਟ ਕੇ ਰੋਇਆ, ਅੱਜ ਇੱਕ ਬੂਟਾ ਫੁੱਟ ਕੇ ਰੋਇਆ। ਵਾਹ ਵਾਹ ਵਾਹ, ਕੁੱਖ ਦੀ ਕੈਦੋਂ ਛੁੱਟ ਕੇ ਰੋਇਆ, ਅੱਜ ਇੱਕ ਬੂਟਾ ਫੁੱਟ ਕੇ ਰੋਇਆ, ਮੈਂ ਤੇ ਹੱਸ ਕੇ ਕਾਟੇ ਸਹਿ ਲੈ। ਕੀ ਬਾਤ ਹੈ ਜੀ। ਲੁੱਟਣ ਵਾਲਾ ਲੁੱਟ ਕੇ ਰੋਇਆ। ਵਾਹ ਵਾਹ ਵਾਹ, ਮੈਂ ਤਾਂ ਮੈਂ ਤਾਂ ਮੈਂ ਤੇ ਹੱਸ ਕੇ ਕਾਟੇ ਸਹਿ ਲੈ, ਕੱਟ ਕੇ ਹੱਸੇ ਸਹਿ ਲੈ, ਲੁੱਟਣ ਵਾਲਾ ਲੁੱਟ ਕੇ ਰੋਇਆ, ਲੁੱਟ ਕੇ ਰੋਇਆ, ਕੱਚੀ ਬਸਤੀ ਲੰਘਣ ਲੱਗਿਆ, ਵਾਹ ਜੀ ਵਾਹ, ਰਾਤੀ ਬੱਦਲ ਟੁੱਟ ਕੇ ਰੋਇਆ। ਜ਼ਬਰਦਸਤ ਯਾਰ, ਕੱਚੀ ਬਸਤੀ ਲੰਘਣ ਲੱਗਿਆ, ਰਾਤੀ ਬੱਦਲ ਟੁੱਟ ਕੇ ਰੋਇਆ, ਲੱਠੇ ਦੀ ਥਾਂ ਪਾਟੇ ਲੀੜੇ, ਵਾਹ, ਚੋਰ ਕਬਰ ਨੂੰ ਪੁੱਟ ਕੇ ਰੋਇਆ। ਵਾਹ 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 ਵਾਹ, ਬਹੁਤ ਬਹੁਤ ਬਹੁਤ, ਕੀ ਬਾਤ ਹੈ। ਵਾਹ ਵਾਹ, ਸੁਣ ਕੇ ਵਧੀਆ ਲੱਗ ਰਿਹਾ ਹੈ ਨਾ। ਬੱਦਲਾਂ ਵਾਂਗ ਨੇ ਗੱਜਦੇ ਬੰਦੇ, ਸਹੀ ਗੱਲ ਹੈ, ਬੱਦਲਾਂ ਵਾਂਗ ਨੇ ਗੱਜਦੇ ਬੰਦੇ, ਵਸਣ ਕਿਸ ਤਰ੍ਹਾਂ ਅੱਜ ਦੇ ਬੰਦੇ। ਓਏ ਕੀ ਬਾਤ ਹੈ ਜੀ, ਗੁੱਸਾ ਇੰਨਾ ਕਰਦੇ ਨੇ, ਕਿੱਥੋਂ ਵਸ ਜਾਣ,
तू जे पल्लू कीता हुंदा ओके तू जे पल्लू कीता हुंदा क्या बात कंधा विच ना वजदे बंदे वाह जी वाह वाह जी वाह कंधा विच ना वजदे बंदे पल्लू कर लंदी जी वाह क्या बात जिंदाबाद तू जे पल्लू कीता हुंदा कंधा विच ना वजदे बंदे रब्बा तेनू थोड़ केड़ी आए हाय आए हाय रब्बा तेनू थोड़ केड़ी तेथों भी नहीं रजदे बंदे सच्ची गल तेथों भी नहीं रजदे बंदे रब्बा तेनू थोड़ केड़ी तेथों भी नहीं रजदे बंदे कसमें मंजिल मिल जानी सी क्या बात है जी कसमें मंजिल मिल जानी सी वाह एक पासे जे भजदे बंदे वाह जी वाह क्या बात है यार बहुत अच्छी गल क्या बात है मंजिल मिल जानी सी एक पासे जे भजदे बंदे कसमें मंजिल मिल जानी सी एक पासे जे भजदे बंदे क्या बात है जी अली दोहां सदियां तिकर जीना अच्छा जी वाह दोहां सदियां तिकर जीना चज दे शेर ते चज दे बंदे क्या बात है बहुत अच्छा फुल रिस्पेक्ट है ना बड़ा मुख्तलिफ अंदाज है बाकी असं देखिया नहीं किसी ने इदा सुनाते हुए डिफरेंट तो डूंगाई वेरी डीप सुनाओ जी तली दी वाह एक एक लकीर दुख है तली दी एक एक लकीर दुख है तली दी एक एक लकीर दुख है वाह जे सोचिए ते फकीर दुख है क्या जी क्या फजूल नब्जा ना टो तबीबा समझ ले रांझावा हीर दुख है क्या बात फजूल नब्जा ना टो तबीबा समझ ले रांझावा हीर दुख है मैं इश्क सोनी दा वेख्या है ओके गरीब घर नू अमीर दुख है ओए ओए दूंगियां ने गल्ला तेरे यार दियां हजार खुशियां हंडाओ पावे क्या बात है ए साए एदी अखीर दुख है ओए 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 क्या बात है जीवन दुख नो हथी टके ना मारो ओए क्या बात है जी जीवन रुख नो हथी टके ना मारो बहुत अच्छी गल सादे दाने चबो वाह जी वाह फक्के ना मारो वाह 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 एक ही दाना चबो फक्के ना मारो भाई साहब मुकर्रर हो जाए जनाब जीवन रुख नु हथी टके ना मारो वाह सादे दाने चबो फक्के ना मारो बाल खिडौने वेंदा है क्या बात है ते की होया क्या बात है बाल खिडौने वेंदा है की होया खिडौने वेंदा है ते की होया आपे टुर जावेगा तक्के ना मार धन्यवाद वाह 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 जी वाह आपे टुर जावेगा तक्के ना मारो हिरसा अगे
मौत दुहाइयां देंदी रही। ओके जी। हिरसा अगे मौत दुहाइयां देंदी रही, रैफल अगे वीर जे सके। ओए ना मारो, रैफल अगे वीर ने सके ना। हिरसा अगे मौत दुहाइयां देंदी रही, रैफल अगे वीर जे सके। ना मारो, ना मारो, इंडिया पाकिस्तान जित लेना ते खोना एक बराबर नहीं। क्या बात है जी। जित लेना ते खोना एक बराबर नहीं, दुखियां नाल ते साडे यके ना मारो। ए दुखियां नाल ते साडे यके ना मारो। वाह जी वाह, वाह जी वाह। जित लेना ते खोना भाई बहुत एक बराबर नहीं, सोचना ही बड़ा औखा। दुखियां नाल ते साडे यके ना मारो। वाह। सारे यार कलीम जी लोभी नहीं हुंदे, दिल नू जिंदरे पक्के पक्के ना मारो। ओए वाह जी वाह, वाह 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 वाह, बदलने भी पै सकदे ने। बहुत आला। एक ताजा गजल मैं सुना लवां। बिस्मिल्लाह। चार चफेरे कंध खलीए माड़ी जी। वाह जी वाह। चार चफेरे कंध खलीए माड़ी जी, अगे बुयो बार गली है माड़ी। अरे वाह जी वाह, वाह। चार चफेरे, चार चफेरे कंध खलीए माड़ी जी, अगे बुयो बार गली है माड़ी जी। लगदा है बई इनू किस्मत कहंदे। अच्छा, लगदा है बई जेड़ी मेरे नाल खली है माड़ी। आए, 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 आए। आए बहने। लगदा है बई इनू किस्मत कहंदे ने, जेड़ी मेरे नाल खली है माड़ी जी। अली दरियों कसमे बैठे ने भी ए तलवार ते मेनू को देंदी। अच्छा जी, अच्छा जी। कसमे ए तलवार ते मेनू को देंदी, रोजा रखिया भुख टलीए माड़ी जी। वाह जी वाह, वाह जी वाह। क्या बात है जी। कसमे तलवार ते मेनू को देंदी, वाह वाह वाह। रोजा रखे हैं भुख टली है माड़ी जी, रोजे करके बचे हैं। ओनू एक मिनट, सूली टंगना नहीं आंदा। वाह जी वाह, क्या बात है। सूली टंगना नहीं आंदा, ओनू संगना नहीं आंदा। ओए सूली टंगना नहीं आंदा, ओनू संगना नहीं आंदा, ओनू संगना नहीं आंदा। तेरा शेर सुनी। रब्बा तू ही रहम करी, वाह जी वाह, मैनू मंगना नहीं आंदा। वाह वाह वाह, रब्बा तू ही रहम करी, तू ही मेहर करी, मैनू तू ही रहम करी, मैनू मंगना नहीं आंदा। वाह। कद मेरे वस दे विच सी के पुत्र या धी लवां। अच्छा जी वाह, क्या बात है। कद मेरे वस दे विच सी के पुत्र या धी लवां, मेरे ते फर्ज सी जेड़ा मोहरा है पी लवां। वाह वाह वाह। हाफिज साहब बैठे ने। कद मेरे वस दे विच सी के पुत्र या धी लवां, मेरे ते फर्ज सी जेड़ा मोहरा है पी लवां। उदड़ गया वा जालमा ए सोच सोच के। क्या बात है। उदड़ गया वा जालमा ए सोच के। अखां ते सी गया है मैं बोलू किस तरह सी लवां। क्या बात है, क्या बात है। उदड़ गया वा जालमा ए सोच के। अखां ते सी गया है मैं बोलू किस तरह सी लवां। कोई
ਜਿਉਂਦਾ ਹੀ ਨਹੀਂ ਬਚਿਆ ਕਿਆ ਬਾਤ ਕਿਹੜਾ ਮੈਨੂੰ ਵੇਖੇ ਓਏ 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 ਹੋਏ ਹੋਏ ਕੋਈ ਜਿਉਂਦਾ ਹੀ ਨਹੀਂ ਬਚਿਆ ਕਿਹੜਾ ਮੈਨੂੰ ਵੇਖੇ ਮੈਂ ਵਿਹੜੇ ਨੂੰ ਵੇਖੀ ਜਾਵਾਂ ਵਿਹੜਾ ਮੈਨੂੰ ਵੇਖੇ ਵਾਹ ਜੀ ਵਾਹ ਸਾਰੇ ਸ਼ਹਿਰ ਦੇ ਠੁੱਡਿਆਂ ਤੇ ਹਾਂ ਰਾਹ ਦੇ ਰੋੜੇ ਵਾਂਗਰ ਹੋਰੇ ਅੰਨਾ ਹੋ ਜਾਂਦਾ ਹੈ ਜਿਹੜਾ ਮੈਨੂੰ ਹੋਰੇ ਅੰਨਾ ਹੋ ਜਾਂਦਾ ਹੈ ਜਿਹੜਾ ਮੈਨੂੰ ਵੇਖੇ ਅੱਜ ਉਹ ਵੇਲਾ ਸੱਜਣ ਪਾਸਾ ਵੱਟ ਕੇ ਮੈਥੋਂ ਲੰਘਿਆ ਅੱਜ ਉਹ ਵੇਲਾ ਸੱਜਣ ਪਾਸਾ ਵੱਟ ਕੇ ਮੈਥੋਂ ਲੰਘਿਆ ਮਰ ਜਾਵਾਂ ਤੇ ਹੋਰੇ ਕਿਹੜਾ ਕਿਹੜਾ ਮੈਨੂੰ ਸੱਜਣ ਵੀ ਪਾਸਾ ਵੱਟ ਕੇ ਲੰਘ ਗਿਆ ਜਦੋਂ ਮਰ ਜਾਵਾਂ ਤੇ ਮੈਨੂੰ ਕਿਹੜਾ ਕਿਹੜਾ ਵੇਖੇ ਅੱਜ ਉਹ ਵੇਲਾ ਸੱਜਣ ਮੈਥੋਂ ਪਾਸਾ ਵੱਟ ਕੇ ਲੰਘ ਗਿਆ ਮਰ ਜਾਵਾਂ ਤੇ ਹੋਰੇ ਕਿਹੜਾ ਕਿਹੜਾ ਮੈਨੂੰ ਵੇਖੇ ਵਾਹ ਜੀ ਵਾਹ ਜੀ ਵਾਹ ਅੱਛਾ ਜੀ ਜੀਵਨ ਦੀ ਇੱਕ ਗੋਟ ਦੇ ਪਿੱਛੇ ਵਾਹ ਸੌ ਚੀਲਾਂ ਨੇ ਬੋਟ ਦੇ ਪਿੱਛੇ ਵਾਹ ਜੀ ਵਾਹ ਕਿਆ ਬਾਤ ਹੈ ਜੀਵਨ ਦੀ ਇੱਕ ਗੋਟ ਦੇ ਪਿੱਛੇ ਸੌ ਚੀਲਾਂ ਨੇ ਬੋਟ ਦੇ ਪਿੱਛੇ ਐਬਾਂ ਵਾਂਗ ਲੁਕਾਈ ਫਿਰਨਾ ਕਿਆ ਬਾਤ ਹੈ ਐਬਾਂ ਵਾਂਗ ਲੁਕਾਈ ਫਿਰਨਾ ਭੁੱਖੇ ਢਿੱਡ ਨੂੰ ਕੋਟ ਦੇ ਵੈਰੀ ਨਾਈਸ ਵੈਰੀ ਨਾਈਸ ਵੀਡੀਓ ਨੂੰ ਹਾਫ ਕਰਨ ਦੀ ਕੋਸ਼ਿਸ਼ ਸੀਗੀ ਹਾਫ ਤੋਂ ਉੱਪਰ ਹੋ ਗਈ ਹੈ ਬਟ ਯਾਰ ਸਮਝ ਨਹੀਂ ਆ ਰਿਹਾ ਸੀ ਕਿੱਥੇ ਰੋਕੀ ਜਾਏ ਵੀਡੀਓ ਲੰਬੀ ਹੋ ਜਾਂਦੀ ਹੈ ਬਟ ਹੁਣ ਚਲੋ ਛੱਡ ਦਿਓ ਲੰਬਾ ਵੱਡਾ ਕਿਆ ਸ਼ੇਰ ਸੀਗੇ ਭਾਈ ਸਾਹਿਬ ਜ਼ਿੰਦਗੀ ਦੀ ਅਸਲੀਅਤਾਂ ਇੰਨੇ ਡੂੰਘਾਈ ਵਾਲੇ ਤਰੀਕੇ ਨਾਲ ਮਤਲਬ ਇੰਨੇ ਮੈਂ ਵਿੱਚ ਵੀ ਬੋਲੇ ਇੰਨਾ ਮੁਖਤਲਿਫ ਅੰਦਾਜ਼ ਹੈ ਇੰਨਾ ਸਾਦਾ ਜਿਹਾ ਤਰੀਕਾ ਬੋਲਣ ਦਾ ਕੋਈ ਬਨਾਵਟੀ ਨਹੀਂ ਕੋਈ ਕੁਛ ਨਹੀਂ ਬਸ ਗੱਲਾਂ ਬੋਲਤੀਆਂ ਮੂੰਹ 'ਚੋਂ ਨਿਕਲ ਗਈਆਂ ਔਰ ਉਹ ਜਿਸ ਤਰੀਕੇ ਨਾਲ ਨਿਕਲਦੀਆਂ ਗੱਲਾਂ ਓਹੋ ਭਾਈ ਸਾਹਿਬ ਬਹੁਤ ਮਜ਼ੇਦਾਰ ਮਤਲਬ ਸਮਝਣ ਵਾਲੀਆਂ ਗੱਲਾਂ ਡੀਪ ਗੱਲਾਂ ਹੈ ਫੀਲ ਕਰਨ ਵਾਲੀਆਂ ਗੱਲਾਂ ਹੈ ਹਰ ਇੱਕ ਗਰੀਬ ਬੰਦੇ ਦੀ ਗੱਲ ਹੋ ਰਹੀ ਹੈ ਇੱਕ ਬਜ਼ੁਰਗ ਦੀ ਗੱਲ ਹੋ ਰਹੀ ਹੈ ਹਰ ਇੱਕ ਬੰਦੇ ਦੀ ਗੱਲ ਕੀਤੀ ਉਹਨਾਂ ਨੇ ਔਰ ਕਿੰਨੇ ਟੱਚੀ ਤਰੀਕੇ ਨਾਲ ਕੀਤੀ ਹੈ ਯਾਰ ਫੀਲ ਕਰਾ ਦਿੱਤਾ ਉਹਨਾਂ ਨੇ ਹਰ ਚੀਜ਼ ਨੂੰ ਬਿਲਕੁਲ ਮੇਰੇ ਹਿਸਾਬ ਨਾਲ ਇੱਕ ਜਨਰਲ ਤੌਰ 'ਤੇ ਗੱਲ ਕਰਦੇ ਹਾਂ ਹੈ ਨਾ ਆਪਾਂ ਟੀ ਵੀ ਦੇਖਦੇ ਹਾਂ ਆਪਾਂ ਟੀ ਵੀ 'ਤੇ ਨਿਊਜ਼ ਚੈਨਲ ਵੇਖਦੇ ਹਾਂ ਨਿਊਜ਼ 'ਤੇ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਨਿਊਜ਼ ਐਂਕਰਸ ਹੁੰਦੇ ਨੇ ਰਿਪੋਰਟਰਸ ਹੁੰਦੇ ਨੇ ਉਹ ਦੁਨੀਆਂ ਦੀ ਖਬਰਾਂ ਦੱਸਦੇ ਨੇ ਦੁਨੀਆਂ ਦੇ ਵਿੱਚ ਦੇਸ਼ ਦੇ ਵਿੱਚ ਲੋਕਾਂ ਦੇ ਘਰ ਪਰਿਵਾਰ ਦੇ ਵਿੱਚ ਕੀ ਕੁਝ ਸੜਕਾਂ 'ਤੇ ਹੋ ਰਿਹਾ ਉਹ ਸਾਨੂੰ ਉਹਦੇ ਨਾਲ ਰੂਬਰੂ ਕਰਾਉਂਦੇ ਮੀਡੀਆ ਦੇ ਜ਼ਰੀਏ ਪਰ ਮੈਨੂੰ ਇੱਦਾਂ ਲੱਗਦਾ ਕਿ ਜੇ ਕੋਈ ਇਹਨਾਂ ਨੂੰ ਸ਼ਾਂਤੀ ਨਾਲ ਬਹਿ ਕੇ ਸੁਣ ਲਵੇ ਨਾ ਬਿਨਾਂ ਮਤਲਬ ਕੋਈ ਇੱਦਾਂ ਚਲੋ ਇਹ ਤਾਂ ਮੁਸ਼ਾਇਰੇ ਵਾਲੀ ਗੱਲ ਹੋ ਗਈ ਪਰ ਜੇ ਇਹਨਾਂ ਨੂੰ ਕੋਈ ਆਮ ਬੰਦਾ ਵੀ ਬਹਿ ਕੇ ਇਹਨਾਂ ਦੇ ਨਾਲ ਦੋ ਗੱਲਾਂ ਕਰੇ ਨਾ ਇਹ ਉੱਦਾਂ ਦੀ ਪਰਸਨੈਲਿਟੀ ਮੈਨੂੰ ਲੱਗਦੀ ਹੈ ਕਿ ਜਿਹੜੇ ਜ਼ਿੰਦਗੀ ਦਾ ਸੱਚ ਦੱਸ ਦੇਣਗੇ ਤੁਹਾਨੂੰ ਨਿਚੋੜ ਤੁਹਾਨੂੰ ਪੂਰੇ ਦਿਨ ਦੀ ਨਿਊਜ਼ ਇਹ ਆਪਣੇ ਮੁਸ਼ਾਇਰੇ ਦੇ ਜ਼ਰੀਏ ਸੁਣਾ ਦੇਣਗੇ ਕਿ ਆਪ ਬੀਤੀ ਕਿੱਸੇ ਇਨਸਾਨ ਦੀ ਕੀ ਕਿੱਸੇ ਇੱਦਾਂ ਦੇ ਬੰਦੇ ਕੋਲ ਇੰਨੇ ਕਿੱਸੇ ਹੁੰਦੇ ਸੁਣਾਉਣ ਵਾਸਤੇ ਕਿਉਂਕਿ ਉਹ ਕਿੱਸਿਆਂ ਤੋਂ ਹੀ ਜ਼ਿੰਦਗੀ ਦੇ ਜਿਹੜੇ ਐਕਸਪੀਰੀਅੰਸਿਸ ਰਹੇ ਹੁੰਦੇ ਆ ਉਹਦੇ ਤੋਂ ਹੀ ਬੰਦਾ ਸਿੱਖ ਕੇ ਇਸ ਮੁਕਾਮ 'ਤੇ ਪਹੁੰਚਦਾ ਜੋ ਅਸਲੀਅਤਾਂ ਕਹਿ ਰਹੇ ਨੇ ਆਪਣੇ ਸ਼ੇਰਾਂ ਦੇ ਥਰੂ ਜੇ ਬੰਦਾ ਸਿੱਖਿਆ ਐਕਸਪੀਰੀਅੰਸਿਸ ਲਏ ਨੇ ਅਤੇ ਉਹੀ ਬੰਦਾ ਫਿਰ ਉਹ ਇੱਕ ਨੌਲੇਜ ਦਾ ਅਤੇ ਇੱਕ ਐਕਸਪੀਰੀਅੰਸਿਸ ਦਾ ਬੰਦਾ ਇੱਕ ਭੰਡਾਰ ਬਣ ਕੇ ਬੈਠ ਜਾਂਦਾ ਉਹੀ ਉਹ ਕਹਿ ਰਹੀ ਹੈ ਕਿ ਉਹਨਾਂ ਨਾਲ ਬੈਠ ਕੇ ਉਹਨਾਂ ਦੀ ਗੱਲਾਂ ਸੁਣੀਆਂ ਜਾਣ ਅਤੇ ਤੁਹਾਨੂੰ ਉਹ ਇੰਨਾ ਕੁ ਇਨਫੋਰਮੇਸ਼ਨ ਦੇ ਨਾਲ ਇੰਨਾ ਕੁ ਨੌਲੇਜ ਦੇ ਨਾਲ ਭਰ ਦੇਣਗੇ ਤੁਹਾਨੂੰ ਤੁਹਾਨੂੰ ਮਤਲਬ ਅਸਲੀਅਤ ਨਾਲ ਰੂਬਰੂ ਕਰਾ ਦੇਣਗੇ ਬਿਲਕੁਲ ਐਂਡ ਆਈ ਥਿੰਕ ਉਹੀ ਬਹੁਤ ਕਾਬਿਲੇ ਤਾਰੀਫ ਹੈ ਕਿਉਂਕਿ ਉਹ ਜਿਸ ਮੁਸ਼ਾਇਰੇ ਦੇ ਵਿੱਚ ਬੈਠ ਕੇ ਆਪਣਾ ਮੁਸ਼ਾਇਰਾ ਪੇਸ਼ ਕਰ ਰਹੇ ਨੇ ਉੱਥੇ ਬੜੇ ਹੋਰ ਦਿੱਗਜ ਹੋਣਗੇ ਉਹਨਾਂ ਨੇ ਅਲੀ ਜ਼ਹਰਾਨ ਸਾਹਿਬ ਦਾ ਨਾਮ ਲਿਆ ਹਾਫੀ ਸਾਹਿਬ ਨੂੰ ਅਸੀਂ ਬਿਲਕੁਲ ਸਾਹਮਣੇ ਵੇਖ ਅਲੀ ਜ਼ਹਰਾਨ ਨੇ ਕਾਫੀ ਉੱਥੇ ਬੈਠੇ ਸੀ ਹਾਫੀ ਵਾਹ ਵਾਹ ਤੇ ਮੇਰੇ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੂੰ ਇੰਨੀ ਵੱਡੀ ਸ਼ਖਸੀਅਤ ਹੈਗੇ ਨੇ ਕਿ ਉਹਨਾਂ ਨੂੰ ਇੰਨੇ ਸਾਰੇ ਸ਼ਾਇਰ ਜੋ ਪਸੰਦ ਕਰਦੇ ਇੰਨੀ ਨੇੜਿਓ ਸੁਣ ਰਹੇ ਨੇ ਉੱਠ ਉੱਠ ਕੇ ਆ ਕੇ ਪੈਰਾਂ ਨੂੰ ਹੱਥ ਲਾ ਰਹੇ ਸੀਗੇ ਮਤਲਬ ਮੁਰਸ਼ਦ ਦੀ ਰਿਸਪੈਕਟ ਦੇਖ ਰਹੇ ਹੋ
ਜਿਹੜੀ ਵਾਹ ਵਾਹ ਚੱਲ ਰਹੀ ਸੀ ਨਾ ਮੇਰੇ ਕੰਨਾਂ ਨੂੰ, ਬਸ ਉਹੀ ਮਤਲਬ ਮੇਰਾ ਇੱਕ ਇੱਦਾਂ ਹੋ ਜਾਂਦਾ, ਤੁਹਾਡਾ ਇੱਕ ਮੂਮੈਂਟ ਹੋ ਜਾਂਦਾ ਕਿ ਤੁਹਾਨੂੰ ਸਿਰਫ ਉਹ ਵਾਹ ਵਾਹ, ਔਰ ਜਿਹੜਾ ਸ਼ਾਇਰ ਹੈ ਉਹਨੂੰ ਉਹ ਵਾਹ ਵਾਹ ਸੁਣ ਕੇ ਕਿੰਨੀ ਕੋ ਖੁਸ਼ੀ ਮਿਲਦੀ ਹੈ। ਅਰੇ એનર્ਜੀ ਹੁੰਦੀ ਹੈ, ਸੋਰ ਹੁੰਦਾ ਤਾਂ ਸਮਝ ਆ ਰਿਹਾ ਸੀਗਾ। ਤੇ ਹੋਪ ਕਰਦੇ ਆ ਗਾਇਸ ਕਿ ਤੁਹਾਨੂੰ ਇਹ ਅੱਜ ਵਧੀਆ ਜੀ ਡਿਫਰੈਂਟ ਤਰੀਕੇ ਦਾ ਮੁਸ਼ਾਇਰਾ ਵਧੀਆ ਲੱਗਿਆ ਹੋਵੇਗਾ। ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਆਪਣਾ ਪਿਆਰ ਇਦਾਂ ਹੀ ਬਰਕਰਾਰ ਰੱਖਿਓ। ਥੈਂਕ ਯੂ ਉਹਨਾਂ ਨੂੰ ਜਿਨ੍ਹਾਂ ਨੇ ਨੋਟਿਸ ਕੀਤਾ ਕਿ ਮੇਰੀ ਅੱਖਾਂ ਭਰ ਆਈਆਂ ਸੀ ਕੱਲ੍ਹ। ਓ ਯੇ 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 ਸਰਦਾਰ ਜੀ ਨੂੰ ਦੱਸ ਦੱਸ ਕਿ ਥੱਕ ਗਈ ਮੈਂ, ਕਹਿੰਦਾ ਕਿ ਕਦੋਂ ਕਦੋਂ ਅੱਖਾਂ ਭਰੀਆਂ ਸੀ, ਕਦੋਂ ਹੋਇਆ, ਕਿੱਥੇ, ਇਹ ਕਦੋਂ ਹੋਇਆ, ਬਟ ਬਕਾਇਦਾ ਟਾਈਮ ਦੇ ਨਾਲ ਗਿਆ। ਯਾ ਯਾ 15-11। ਤੇ ਬਹੁਤ ਬਹੁਤ ਸ਼ੁਕਰੀਆ ਜਿਹੜੇ ਸਾਨੂੰ ਇੰਨੇ ਪਿਆਰ ਨਾਲ ਦੇਖਦੇ ਨੇ। ਤੇ ਤੁਸੀਂ ਵੀ ਖੁਸ਼ ਰਹੋ, ਆਬਾਦ ਰਹੋ, ਤੰਦਰੁਸਤ ਰਹੋ, ਸਿਹਤਮੰਦ ਰਹੋ, ਭਾਵੇਂ ਲਾਹੌਰ ਰਹੋ ਭਾਵੇਂ ਫੈਸਲਾਬਾਦ ਰਹੋ। ਬਿਲਕੁਲ, ਤੇ ਸਾਨੂੰ ਦੁਆਵਾਂ ਵਿੱਚ ਯਾਦ ਰੱਖਦੇ ਰਹੋ, ਅਸੀਂ ਤੁਹਾਨੂੰ ਯਾਦ ਰੱਖਦੇ ਰਹਾਂਗੇ। ਦਿਓ ਇਜਾਜ਼ਤ ਪ੍ਰੀਤ ਤੇ ਬਾਣੀ ਨੂੰ, ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਖੁਦਾ ਹਾਫਿਜ਼। ਟਾਟਾ।